ਸਤਿ ਸ਼੍ਰੀ ਅਕਾਲ ਜੀ ਸਾਰੇ ਨੂੰ ਸਨ ਰਹਾ ਤੁਸੀਂ ਕੁਲਵੀਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਅੱਜ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੇ ਵਿੱਚ ਕੱਚੇ ਬੰਦਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਇਟਲੀ ਦੇ ਵਿੱਚ ਡੋਮੈਸਟਿਕ ਪੇਪਰ ਖੁੱਲੇ ਹੋਏ ਨੇ ਤੇ ਜਿਹੜੇ ਡੋਮੈਸਟਿਕ ਪੇਪਰ ਨੇ ਇਹਨਾਂ ਦੇ ਵਿੱਚ ਫੈਮਿਲੀ ਮੈਂਬਰ ਦੀ ਕੋਦ ਲੱਗ ਸਕਦੀ ਹੈ ਜੋੜਨੇ ਕਿਦਾਂ ਜੀ ਇਹਦਾ ਪ੍ਰੋਸੈਸ ਵੱਖਰਾ ਪਰ ਸਿੰਪਲ ਤਰੀਕਾ ਦੱਸ ਦਿਆਂ ਜਿਸ ਟਾਈਮ ਤੁਹਾਡੇ ਮੀਆਂ ਬੀਬੀ ਜਾਂ ਫਿਰ ਬੱਚਿਆਂ ਦੀ ਕੋਦ ਰਲਗੇ 27000 ਰੁਪਏ ਤੋਂ ਉੱਤੇ ਬਣਦੀ ਹੈ ਜਦੋਂ ਤੁਹਾਨੂੰ ਪ੍ਰੋਫੈਸਰ ਤੂਰੇ ਦੇ ਵਿੱਚ ਬੁਲਾਇਆ ਜਾਣਾ ਜਿਸ ਵੀ ਬੰਦੇ ਦੀ ਤੁਸੀਂ ਕੁੱਦ ਐਡ ਕੀਤੀ ਆ ਉਸ ਨੂੰ ਨਾਲ ਲੈ ਕੇ ਜਾਣਾ ਤੇ ਦੋਨਾਂ ਦੀ ਕੁੱਦ ਦੇ ਦੇਣੀ ਤੇ ਸਰਕਾਰ ਨੇ ਪ੍ਰੋਫੈਸਰ ਤੂਰੇ ਵਾਲਿਆਂ ਨੇ ਮੰਨ ਲੈਣਾ ਤੇ ਪੇਪਰ ਨਿਕਲਣੇ ਕਦੋਂ ਦੇਖੋ ਜੀ 4 ਦਸੰਬਰ ਨੂੰ ਪਰ ਹੁਣੇ 31 ਦਸੰਬਰ ਤੱਕ ਇਸ ਦਾ ਟਾਈਮ ਆ ਮਿਆਦ ਆ ਤੇ ਉਸ ਤੋਂ ਬਾਅਦ 30 31 ਤੋਂ 40 ਦਿਨ ਦੇ ਵਿੱਚ ਵਿੱਚ 40ਵੇਂ 30 ਤੋਂ 40 ਦਿਨ ਤੋ ਵਿੱਚ ਵਿੱਚ ਪੇਪਰ ਨਿਕਲ ਜਾਣੇ ਜੇਕਰ ਫਾਈਲ ਚੈੱਕ ਹੋ ਗਈ ਤਾਂ ਤੁਹਾਡੇ ਕੋਲ ਪੇਪਰ ਮੰਗੇ ਜਾਣੇ ਜੇਕਰ ਫਾਈਲ ਚੈੱਕ ਨਹੀਂ ਹੋਈ ਤਾਂ ਆਟੋਮੈਟਿਕਲ ਆਨਲਾਈਨ ਚੈੱਕ ਕਰਿਓ ਤੁਹਾਡਾ ਜਿਹੜਾ ਪੇਪਰ ਨਿਕਲ ਗਏ ਹੋਵੇ ਉਸ ਤੋਂ ਬਾਅਦ ਜੇਕਰ ਕੋਈ ਘਟਦਾ ਹੋਇਆ ਤਾਂ ਨਾਰਮਲ ਜੀ ਗੱਲ ਆ ਤੁਹਾਨੂੰ ਉਹ ਜਿਹੜੀ ਚੀਜ਼ ਆ ਉਹ ਉਹਨਾਂ ਨੂੰ ਦੇਣੀ ਪੈਣੀ ਹੈ ਇਟਲੀ ਦੇ ਵਿੱਚ ਕੱਚੇ ਬੰਦਿਆਂ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਅਪਡੇਟ ਨਹੀਂ ਕਿਦਾਂ ਪੱਕੇ ਕਰ ਸਕਦੇ ਆ ਤੇ ਜਦੋਂ ਇਟਲੀ ਦੇ ਵਿੱਚ ਬੰਦਾ ਪੱਕਾ ਹੋ ਜਾਂਦਾ ਉਸ ਤੋਂ ਬਾਅਦ ਇਟਲੀ ਦੇ ਵਿੱਚ ਜਿਹੜੇ ਆ ਸਜੋਰ ਨੂੰ ਨੂੰ ਰੀਨਿਊ ਕਰਨ ਦੇ ਲਈ ਬਹੁਤ ਪੇਪਰਾਂ ਦੀ ਲੋੜ ਇਟਲੀ ਦੇ ਵਿੱਚ ਇੱਕ ਕਹਾਵਤ ਆ ਕਿ ਇਟਲੀ ਦੇ ਵਿੱਚ ਪੇਪਰ ਹੀ ਬੰਦੇ ਦੇ ਪੂਰੇ ਨਹੀਂ ਹੁੰਦੇ ਥੋੜੇ ਕਿ ਇਟਲੀ ਦੇ ਕਾਨੂੰਨ ਦੇ ਹਿਸਾਬ ਦੇ ਨਾਲ ਜਦੋਂ ਅਸੀਂ ਪੇਪਰ ਰੀਨਿਊ ਕਰਾਣੇ ਆ ਤਾਂ ਹਰ ਇੱਕ ਬੰਦੇ ਦੇ ਕੋਲ ਸਾਲਾਨਾ ਇਨਕਮ ਸ਼ੋਮਨੀ ਹੋਣੀ ਚਾਹੀਦੀ ਹੈ ਜਿਸ ਨੂੰ ਅਸੀਂ ਕੋਡ ਕਹਿੰਦੇ ਆ ਇਸ ਸਾਲ ਦੇ ਵਿੱਚ ਬੰਦੇ ਦੀ ਰਿਟਰਨ ਕਿੰਨੀ ਸੀ ਬੰਦੇ ਨੇ ਕਿੰਨੇ ਪੈਸੇ ਕਮਾਏ ਘੱਟ ਤੋਂ ਘੱਟ ਉਹੀ 6-7 6k ਹਜ਼ਾਰ ਆਈਡੀਆ ਲਾ ਕੇ ਚੱਲੋ ਔਸਤ 500 ਤੋਂ 3k ਦਾ ਬੂਸਤਾ ਹੋਣਾ ਚਾਹੀਦਾ 550 ਰੋ ਦਾ ਤੁਸੀਂ ਆਈਡੀਆ ਲਾ ਕੇ ਚੱਲੋ ਬੰਦੇ ਦਾ ਮਹੀਨੇ ਦਾ ਇਕੱਲੇ ਬੰਦੇ ਦਾ ਖਰਚਾ ਹੁੰਦਾ ਇਟਲੀ ਦੇ ਹਿਸਾਬ ਦੇ ਨਾਲ ਇਸ ਤੋਂ ਘੱਟ ਬੂਸਤਾ ਨਹੀਂ ਹੋਣਾ ਚਾਹੀਦਾ ਤੇ ਉਸ ਤੋਂ ਬਾਅਦ ਕੰਟਰੈਕਟ ਜੇਕਰ ਕੰਟਰੈਕਟ ਨਾ ਹੋਵੇ ਤਾਂ ਅਤੇਜਾ ਓਕੁਪੇਟਸਿਓ ਨੇ ਕੰਮ ਲੱਭਣ ਬੇਰੁਜ਼ਗਾਰ ਬੇਸ ਤੇ ਅਸੀਂ ਸਜੂਰ ਨੂੰ ਲੈ ਸਕਦੇ ਹਾਂ ਪਰ ਇਟਲੀ ਦੇ ਵਿੱਚ ਜ਼ਿਆਦਾਤਰ ਮੋਸਟਲੀ ਅਗੇਸਾਂ ਦੇ ਵਿੱਚ ਕੀ ਹੁੰਦਾ ਜੇ ਇਸ ਟਾਈਮ ਆਪਣੇ ਕਿਸੇ ਵੀਰ ਦੇ ਕੋਲ ਕੰਟਰੈਕਟਰ ਨਹੀਂ ਹੁੰਦਾ ਤਾਂ ਕੰਟਰੈਕਟਰ ਨੂੰ ਜਿਹੜਾ ਖਰੀਦਿਆ ਜਾਂਦਾ ਜੋ ਕਿ ਇਟਲੀ ਦੇ ਵਿੱਚ ਇਲੀਗਲ ਹੈ ਇਟਲੀ ਦੇ ਵਿੱਚ ਹੁਣ ਕੀ ਹੋਇਆ ਜੀ ਬਰੇਸ਼ੀਆ ਇਲਾਕੇ ਦੇ ਵਿੱਚ ਇੱਕ ਇਨਕੁਆਰੀ ਚੱਲੀ 2 ਅੱਜ ਤੋਂ 2 ਸਾਲ ਪਹਿਲਾਂ ਦੀ ਗੱਲ ਹੈ ਜੀ ਇਨਕੁਆਰੀ ਚੱਲੀ ਆ ਇਸ ਇਨਕੁਆਰੀ ਦੇ ਵਿੱਚ ਕੀ ਹੁੰਦਾ ਰਿਕਾਰਡਿੰਗ ਚੱਲ ਰਹੀ ਸੀਗੀ ਦਸੰਬਰ ਦੇ ਮਹੀਨੇ 'ਚ ਰਿਕਾਰਡਿੰਗ ਹੋਈ ਹੈ ਉਸ ਰਿਕਾਰਡਿੰਗ ਦੇ ਵਿੱਚ ਇਹ ਗੱਲ ਸਾਹਮਣੇ ਆਈ ਕਿ ਕੋਈ ਬੰਦਾ ਕਿਸੇ ਬੰਦੇ ਦੇ ਨਾਲ ਇਹ ਗੱਲ ਕਰ ਰਿਹਾ ਕਿ ਕੰਟਰੈਕਟ ਮੈਨੂੰ ਚਾਹੀਦਾ ਤੇ ਮੈਂ ਪੈਸੇ ਦੇ ਦੂੰਗਾ ਤੇ ਮੇਰਾ ਕੰਟਰੈਕਟ ਕਰ। ਬਹੁਤ ਬਾਰ ਟੈਲੀਫੋਨ ਤੇ ਜਦੋਂ ਗੱਲਾਂ ਕੀਤੀਆਂ ਜਾਂਦੀਆਂ ਨੇ ਤੇ ਇਹਨਾਂ ਨੂੰ ਸੁਣਿਆ ਪੁਲਿਸ ਵਾਲੇ ਜਿਹੜੇ ਆ ਸੁਣਦੇ ਨੇ ਆਪਣੇ ਸੀਆਈਡੀ ਦੇ ਲਈ ਸੁਣਦੇ ਨੇ ਹਰ ਇੱਕ ਕਾਨੂੰਨੀ ਸੁਣਦੇ ਕੁਝ ਗੱਲਾਂ ਹੁੰਦੀਆਂ ਨੇ ਜੋ ਟ੍ਰਿਗਰ ਕਰਦੀਆਂ ਨੇ ਆਟੋਮੈਟਿਕਲ ਰਿਕਾਰਡਿੰਗ ਨੂੰ ਸ਼ੁਰੂ ਕਰਦੀਆਂ ਨੇ ਤੇ ਉਸ ਨੂੰ ਸੁਣਿਆ ਜਾਂਦਾ। ਤੇ ਹੁਣ ਟੋਟਲ 93 ਬੰਦਿਆਂ ਦੇ ਸਿਰ ਕੇਸ ਹੋਏ ਨੇ। 93 ਬੰਦਿਆਂ ਨੂੰ ਇਨਕੁਆਰੀ 'ਚ ਬਿਠਾਇਆ ਗਿਆ। 93 ਬੰਦਿਆਂ ਦੀਆਂ ਸਜੋਰ ਨੂੰ ਕੈਂਸਲ ਕੀਤੀਆਂ ਜਾ ਸਕਦੀਆਂ 11 ਬੰਦੀਆਂ ਦੇ ਸਿਰ ਤਾਂ ਕੀ ਇਸ ਚੰਗਾ ਤਕੜਾ ਹੀ ਹੋ ਗਿਆ 93 ਦੇ ਸਿਰ ਜਿਹੜੀ ਸੌਰੀ ਇਨਕੁਆਰੀ ਹੋਣੀ ਹੈ 11 ਸਿਰ ਕੇਸ ਹੋਇਆ ਕਿਉਂਕਿ ਸਰਕਾਰ ਦੇ ਖਿਲਾਫ ਧੋਖਾ ਧੜੀ ਦਾ ਕੇਸ ਹੋਇਆ ਤੇ ਇਹਨਾਂ ਦੇ ਲਈ ਬਹੁਤ ਵੱਡੇ ਜੁਰਮਾਨੇ ਹੋ ਸਕਦੇ ਆ ਕਿਉਂ ਕਿਉਂ ਇਸ ਕਰਕੇ ਕਿਉਂਕਿ ਜਿਸ ਟਾਈਮ ਬੰਦੇ ਇਹਨਾਂ 11 ਬੰਦਿਆਂ ਦੇ ਨਾ ਜਿਹਨਾਂ ਦੀਨ ਦੇ ਦਿੱਤੇ ਖੋਲੇ ਹੋ ਜਾਂ ਸੰ ਇਹਨਾਂ ਨਾਲ ਕੰਟਰੈਕਟ ਕਰਦੇ ਸੀਗੇ ਕੰਟਰੈਕਟ ਕਰਨ ਤੋਂ ਬਾਅਦ ਕੀ ਕਰਦੇ ਮੀਨਾ ਕੰਮ ਕਰਦੇ ਸੀਗੇ ਉਸ ਤੋਂ ਬਾਅਦ ਕੰਟਰੈਕਟ ਖਤਮ ਹੋ ਜਾਂਦਾ ਹੀ ਜੀਜੋਕੂਬਤ ਸੋ ਨੇ ਬੇਰੋਜ਼ਗਾਰੀ ਪੱਤਾ ਜਿਸ ਨੂੰ ਅਸੀਂ ਕਹਿੰਦੇ ਆ ਉਹ ਸਰਕਾਰ ਤੋਂ ਲੈ ਲੈਂਦੇ ਸੀਗੇ ਜਾਂ ਫਿਰ ਕਾਸਾ ਇੰਟੀਗ੍ਰਾਜ਼ੀਓਨੇ ਦੇ ਵਿੱਚ ਚਲ ਜਾਂਦੇ ਸੀ 93 ਬੰਦਿਆਂ ਨੇ ਤਕਰੀਬਨ 2,40,000 ਸਰਕਾਰੀ ਖਜ਼ਾਨੇ ਦੇ ਵਿੱਚੋਂ ਲਿਆ ਇਹ ਜਿਹੜੇ ਪੈਸੇ ਆ ਹੁਣ ਸਾਰੇ ਦੇ ਸਾਰੇ ਨਾਲ 93 ਬੰਦਿਆਂ ਨੂੰ ਮੋੜਨੇ ਪੈਣੇ ਪਲੱਸ ਜਿਹੜਾ ਜੁਰਮਾਨਾ ਵੀ ਦੇਣਾ ਪੈਣਾ ਵੈਸੇ ਇਹ ਜਿਹੜਾ ਆ ਇਹ ਸਿਸਟਮ ਜਿਹੜਾ ਤਿਆਰ ਕੀਤਾ ਗਿਆ ਚਲੋ ਯੂਜ਼ ਸਾਰੇ ਕਰਦੇ ਆ ਪਰ ਇਸ ਦਾ ਦੱਸਣ ਵਾਲੇ ਬੰਦੇ ਵੀ ਆਪਣੇ ਹੀ ਹੁੰਦੇ ਆ ਇਹ ਵੀ ਹੋ ਸਕਦਾ ਜਿਸ ਬੰਦੇ ਨੇ ਕੰਟਰੈਕਟਰ ਕਰਵਾਇਆ ਹੋਵੇ ਉਸ ਦੇ ਪੈਸੇ ਨਾ ਤਾਰੇ ਹੁਣ ਜਾਂ ਤਾਂ ਕੰਟਰੈਕਟ ਤੋਂ ਸਹੀ ਨਾ ਹੋਵੇ ਤਾਂ ਬੰਦੇ ਮੋਰੇ ਜਾ ਕੇ ਪੁਲਿਸ ਨੂੰ ਦੱਸ ਦਿੰਦੇ ਆ ਅੱਜ ਕੱਲ ਪੇਪਰ ਬਣਾਣਾ ਹੋਵੇ ਤਾਂ ਜਿਹੜਾ ਤੁਹਾਡਾ ਮਾਲਕ ਤੁਹਾਡੇ ਨਾਲ ਧੱਕਾ ਕਰ ਰਿਹਾ ਗਲਤ ਕਰ ਰਿਹਾ ਉਸ ਦੇ ਸਿਰ ਕੇਸ ਕਰ ਦਿਓ ਪੇਪਰ ਬਣਨ ਦੇ ਚਾਂਸ ਹੁੰਦੇ ਆ ਇਟਲੀ ਦੇ ਵਿੱਚ ਜੇਕਰ ਤੁਸੀਂ ਪੈਸੇ ਦੇ ਕੇ ਕਿਸੇ ਨੂੰ ਕੰਮ ਕਰਾ ਰਹੇ ਹੋ ਜੇਕਰ ਤੁਸੀਂ ਕਹਿ ਰਹੇ ਹੋ ਕਿ ਮੈਂ ਫਲਾਣੇ ਬੰਦੇ ਨੂੰ ਪੈਸੇ ਦੇਣਾ ਉਸ ਤੋਂ ਬਾਅਦ ਮੇਰੇ ਤੋਂ ਪੇਪਰ ਬਣਵਾ ਦੀ ਤੇ ਉਹ ਤੁਹਾਡੇ ਨਾਲ ਫਰਾਡ ਕਰ ਜਾਂਦਾ ਤੇ ਉਸ ਦੇ ਸਿਰ ਤੁਸੀਂ ਕੇਸ ਕਰਦੇ ਆ ਤਾਂ ਕੇਸ ਕਰਨ ਦਾ ਮਤਲਬ ਇਹ ਨਹੀਂ ਪੈਸੇ ਦੇ ਕੇ ਫਰਾਡ ਕਰਕੇ ਪੇਪਰ ਤੁਹਾਨੂੰ ਮਿਲ ਜੂਗੇ ਜਿਸ ਨੇ ਫਰਾਡ ਕੀਤਾ ਉਸ ਨੂੰ ਸਜ਼ਾ ਹੋਊਗੀ ਤੁਹਾਡੇ ਸਿਰ ਵੀ ਐਕਸ਼ਨ ਆ ਸਕਦਾ ਭਾਵੇਂ ਤੁਸੀਂ ਸਰਕਾਰੀ ਗਵਾਹ ਬਣਿਓ ਪਰ ਇਸ ਦਾ ਮਤਲਬ ਇਹ ਨਹੀਂ ਕਿ ਹਰ ਇੱਕ ਬੰਦਾ ਪੈਸੇ ਦੇ ਕੇ ਪਹਿਲਾਂ ਤਾਂ ਦੋ ਨੰਬਰ ਦਾ ਕੰਮ ਕਰੇ ਤੇ ਉਸ ਤੋਂ ਬਾਅਦ ਉਸ ਨੂੰ ਸਜੋਰ ਨੂੰ ਮਿਲੇ ਇਟਲੀ ਦੇ ਵਿੱਚ ਸਜੋਰ ਨੂੰ ਲੈਣ ਦਾ ਜੋ ਪ੍ਰੋਸੈਸ ਹੁੰਦਾ ਉਹਦੇ ਬਾਰੇ ਵੀ ਤੁਹਾਨੂੰ ਅਸੀਂ ਦੱਸਾਂਗੇ ਕਿ ਇਸ ਹਿਸਾਬ ਨਾਲ ਸਜੋਰ ਨੂੰ ਮਿਲਦੀ ਹੈ ਹਰ ਵਾਰ ਕੇਸ ਇੱਕ ਕਿਸਮ ਦੇ ਨਾਲ ਜਦੋਂ ਮਾਲਕ ਦੇ ਨਾਲ ਕੇਸ ਕਰਦੇ ਆ ਮਾਲਕ ਦੇ ਸਿਰ ਕੇਸ ਹੁੰਦਾ ਤਾਂ ਇੱਕ ਤੁਸੀਂ ਮਾਲਕ ਦੇ ਨਾਲ ਦੁਸ਼ਮਣੀ ਹੀ ਲੈਨੇ ਆ ਤੇ ਉਹ ਕਿੱਦਾਂ ਹੁੰਦੀ ਹੈ ਜਾਂ ਕੀ ਹਿਸਾਬ ਆ ਉਹਨਾਂ ਦਾ ਜੋ ਕਮਾਇਆ ਹੁੰਦਾ ਸਾਰਾ ਲੱਗ ਜਾਂਦਾ ਇਹਦੇ ਬਾਰੇ ਤੁਹਾਨੂੰ ਆਪਾਂ ਆਪਣੀ ਇੱਕ ਅਲੱਗ ਵੱਖਰੀ ਵੀਡੀਓ ਦੇ ਵਿੱਚ ਦੱਸਾਂਗੇ ਪਰ ਦੱਸ ਦਿਆਂ ਬਰੇਸ਼ਾ ਇਲਾਕੇ ਦੇ ਵਿੱਚ ਇੱਕ ਹੋਰ ਬੰਦਾ ਜਿਸ ਦੇ ਨਾਲ ਜਿਸ ਦੇ ਕੋਲ ਇੱਕ ਗੱਡੀ ਹੀ ਜਿਸ ਨੂੰ ਇੰਸ਼ੋਰੈਂਸ ਉਹਨੇ ਨਹੀਂ ਕਰਵਾਈ ਸੀ ਤੇ ਉਸ ਗੱਡੀ ਨੂੰ ਹੁਣ ਉਹਨਾਂ ਨੇ ਜ਼ਬਤ ਕਰ ਲਿਆ ਕਿਉਂਕਿ ਉਸ ਗੱਡੀ ਦੇ ਸਿਰਕ ਜੁਰਮਾਨੇ ਹੀ ਬੜਿਆ ਰਿਹਾ ਸਰ ਦੱਸਿਆ ਜਾ ਰਿਹਾ ਹੈ ਕਿ ਇੱਕ 21 ਸਾਲ ਦਾ ਮੁੰਡਾ ਜਿਸ ਨੇ ਗੱਡੀ ਬਿਨਾਂ ਇੰਸ਼ੋਰੈਂਸ ਤੋਂ ਚਲਾਈ ਤੇ 2022 ਅਤੇ 2023 ਦੇ ਵਿੱਚ 800 ਬਾਰ ਇੰਸ਼ੋਰੈਂਸ ਨਹੀਂ ਸੀ ਜਿਹੜਾ ਜ਼ੇਤਾਤੀ ਹੈ ਲਿਆ ਜ਼ੋਨਾ ਅ ਟ੍ਰੈਫੀਕੋ ਲਿਮਿਟਾਡ ਲਿਮਿਟਡ ਟ੍ਰੈਫਿਕ ਜ਼ੋਨ ਦੇ ਵਿੱਚ ਜਿਹੜੀ ਗੱਡੀ ਲੈ ਕੇ ਗਿਆ 2022 ਦੇ ਲਾਸਟਲੇ ਮਹੀਨਿਆਂ ਤੋਂ 2023 ਦੇ ਵਿੱਚ 800 ਵਾਰ ਗੱਡੀ ਲੈ ਕੇ ਗਿਆ ZTL ਏਰੀਏ ਦੇ ਵਿੱਚ ਹੁਣ ਉਸ ਜ਼ੋਨ ਦੇ ਵਿੱਚ ਗੱਡੀ ਲੈ ਜਾਣ ਦੇ ਨਾਲ ਕੀ ਹੋਇਆ ਜੀ ਗੱਡੀ ਲੈ ਜਾਣ ਦੇ ਨਾਲ ਇਹ ਹੋਇਆ ਕਿ ਉਸ ਨੂੰ ਜੁਰਮਾਨਾ ਆ ਹਰ ਵਾਰ ਜੁਰਮਾਨਾ ਆਈ ਗਿਆ 800 ਬਾਰ ਜੁਰਮਾਨਾ ਆ 1.5 ਲੱਖ ਰੁਪਏ ਦਾ ਹੁਣ ਉਸ ਦੇ ਸਿਰ ਜੁਰਮਾਨਾ ਹੋ ਚੁੱਕਾ ਤੇ ਉਸ ਨੇ ਇੱਕ ਵੀ ਜੁਰਮਾਨਾ ਨਹੀਂ ਸਿਤਾ ਰਿਹਾ ਤੇ ਹੁਣ ਉਸ ਉਸ ਦੀ ਜਿਹੜੀ ਗੱਡੀ ਆ ਜ਼ਬਤ ਕਰ ਲਈ ਗਈ ਆ ਉਹ ਗੱਡੀ ਨੂੰ ਚਲਾਏ ਨਹੀਂ ਸਕਦਾ ਇਹ ਜਿਹੜੀ ਗੱਡੀ ਆ ਵੈਸੇ 14 ਨਵੰਬਰ ਨੂੰ ਜ਼ਬਤ ਕੀਤੀ ਗਈ ਸੀ ਪਰ ਖਬਰ ਇਸ ਟਾਈਮ ਵਾਇਰਲ ਹੁੰਦੀ ਜਾ ਰਹੀ ਆ ਉਸ ਤੋਂ ਬਾਅਦ ਗੱਲ ਕਰਦੇ ਆ ਕਿ ਇਟਲੀ ਦੇ ਵਿੱਚ ਕਾਨੂੰਨ ਬਣਿਆ ਇੱਕ ਕਾਨੂੰਨ ਹਰ ਰੋਜ਼ ਪਾਸ ਹੁੰਦੇ ਨੇ ਇੱਕ ਨਵਾਂ ਕਾਨੂੰਨ ਪਾਸ ਹੋ ਗਿਆ ਲੇਜ ਦੀਜੇਨੀਆ ਦੀ ਲੇਜ ਜਿਸ ਨੂੰ ਕਹਿੰਦੇ ਆ ਕਿ ਕਾਨੂੰਨ ਇੱਕ ਕਿਸਮ ਦਾ ਕਾਨੂੰਨ ਹੀ ਆ ਜੀ ਇਹ ਇਹ ਆ ਜੀ ਵਿਓਲੈਂਸਾ ਸੁੱਲੇ ਦੋਨ ਨੇ ਔਰਤਾਂ ਦੇ ਉੱਤੇ ਜਿਹੜੀ ਹੋ ਰਹੀ ਆ ਹਿੰਸਾ ਚਾਹੇ ਉਹ ਘਰੇਲੂ ਹਿੰਸਾ ਹੋਵੇ ਮਾਨਸਿਕ ਹਿੰਸਾ ਹੋਵੇ ਕਿਸੇ ਵੀ ਤਰ੍ਹਾਂ ਦੀ ਜੇਕਰ ਵਿਓਲੈਂਸਾ ਹੋ ਰਿਹਾ ਔਰਤਾਂ ਦੇ ਉੱਤੇ ਤਾਂ ਉਹਨਾਂ ਦੇ ਖਿਲਾਫ ਹੁਣ ਰੈੱਡ ਰੈਡ ਕੋਡ ਦੇ ਨਾਲ ਜਿਹੜਾ ਕੰਮ ਕੀਤਾ ਜਾਊਗਾ ਘਰ ਦੇ ਵਿੱਚ ਕਟਮਾਰ ਹੋ ਰਹੀ ਆ ਪੁਲਿਸ ਦੇ ਕੋਲ ਜਾਂਦੇ ਆ ਥੋੜਾ ਜਿਹਾ ਪ੍ਰੋਸੈਸ ਲੰਬਾ ਸੀ ਇਸ ਪ੍ਰੋਸੈਸ ਨੂੰ ਜਿਹੜਾ ਹੁਣ ਸ਼ਾਰਟ ਕੀਤਾ ਜਾਵੇ ਨਵਾਂ ਕਾਨੂੰਨ ਆ 19 ਆਰਟੀਕਲ ਜਿਹੜੇ ਟੋਟਲ ਲਿਖੇ ਨੇ ਇਸ ਦੇ ਉੱਤੇ ਵੀ ਜਿਹੜੀ ਬਕਾਇਦਾ ਪੂਰੀ ਇਨਫੋਰਮੈਟਿਕ ਅਸੀਂ ਵੀਡੀਓ ਬਣਾਵਾਂਗੇ ਉਸ ਤੋਂ ਬਾਅਦ ਇਟਲੀ ਦੇ ਵਿੱਚ ਇੱਕ ਇਹ ਵੀ ਚੀਜ਼ ਆ ਜੋ ਜਬਰੀ ਜੋੜੀ ਹੁੰਦੀ ਆ ਸੌਰੀ ਜਬਰੀ ਜਬਰੀ ਵਿਆਹ ਹੁੰਦਾ ਜਿਹੜਾ ਜ਼ਬਰਦਸਤੀ ਦੇ ਨਾਲ ਵਿਆਹ ਮੀਆਂ ਬੀਬੀ ਦੀ ਬਿਨਾਂ ਰਜ਼ਮੰਦੀ ਤੋਂ ਵਿਆਹ ਹੋਵੇ ਉਸ ਨੂੰ ਕੈਨਸਲ ਕਰਨ ਦੀ ਵੀ ਇੱਕ ਪ੍ਰੋਸੈਸ ਸਾਈਟਲੀ ਦੇ ਵਿੱਚ ਇਸ ਨੂੰ ਮੰਨਿਆ ਨਹੀਂ ਜਾਂਦਾ ਪਰ ਇਹ ਕਿੱਦਾਂ ਹੁੰਦਾ ਕੀ ਹੁੰਦਾ ਇਸ ਨੂੰ ਗਲਤ ਨਾ ਸਮਝਿਆ ਜਾਵੇ ਕਿਉਂਕਿ ਕਮੈਂਟਾਂ ਕਾਫੀ ਆਈਆਂ ਸੀ ਕੋਈ ਮੈਸੇਜ ਆਇਆ ਸੀ ਤੇ ਇਸ ਕਰਕੇ ਸਾਰਿਆਂ ਦੇ ਨਾਲ ਸਾਂਝਾ ਸੀ ਜ਼ਰੂਰ ਕਰਾਂਗੇ ਬਾਕੀ 23 ਨਵੰਬਰ ਨੂੰ ਜੀ ਇਟਲੀ ਦੇ ਵਿੱਚ ਸਕੂਲਾਂ ਨੂੰ ਬੰਦ ਰੱਖਿਆ ਜਾਊਗਾ ਕਿੱਥੇ ਰੱਖਿਆ ਜਾਣਾ ਇਹ ਰੱਖਿਆ ਜਾਣਾ ਇਟਲੀ ਦੇ ਵਿੱਚ ਕਲਾਬਰੀਆ ਸਿਚੀਲੀਆ ਟਸਕਾਨਾ ਤੇ ਕੰਪਾਨੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਮੀਂਹ ਦੀ ਤੂਫਾਨ ਆਣ ਦੀ ਅਸ਼ੰਕਾ ਦੱਸੀ ਗਈ ਹੈ ਖਾ ਕਿ ਜਿਹੜਾ ਮੌਸਮ ਕਾਫੀ ਜ਼ਿਆਦਾ ਖਰਾਬ ਹੋ ਸਕਦਾ ਇਸ ਜਿਹੜਾ ਮੌਸਮ ਤੁਸਕਾਨਾ ਤੋਂ ਲੈ ਕੇ ਕਲਾਬਰੀਆ ਤੱਕ ਖਰਾਬ ਹੋਗਾ ਉਸ ਤੋਂ ਬਾਅਦ ਸਿਜੀਲੀਆ ਤੇ ਕੰਪਾਨੀਆਂ ਦੇ ਵਿੱਚ ਵੀ ਜਿਹੜੇ ਸਿਵਲ ਪ੍ਰੋਟੈਕਸ਼ਨ ਵਾਲੇ ਉਹਨਾਂ ਨੇ ਦੱਸਿਆ ਕਿ ਮੌਸਮ ਜਿਹੜੇ ਖਰਾਬ ਹੋਣ ਦੀ ਅਸ਼ੰਕਾ ਪੂਰੀ ਟੋਟਲ 8 ਸਟੇਟਾਂ ਨੇ ਜਿਨ੍ਹਾਂ ਦੇ ਵਿੱਚ ਅਲਰਟ ਜਾਰੀ ਕੀਤਾ ਗਿਆ ਪਰ ਇਹਨਾਂ 8 ਸਟੇਟਾਂ ਤੋਂ ਇਲਾਵਾ ਜੇ ਅਸੀਂ ਗੱਲ ਕਰੀਏ ਸਕੂਲ ਕਿਹਨਾਂ ਨੇ ਬੰਦ ਕਰਨੇ ਨੇ ਜੀ ਸਕੂਲ ਬੰਦ ਕਰਨੇ ਆ ਕਲਾਬਰੀਆ ਸਿਚੀਲੀਆ ਟਸਕਾਨਾ ਆਦਿ ਕੰਪਾਨੀਆਂ ਦੇ ਕੁਝ ਹਿੱਸਿਆਂ ਦੇ ਵਿੱਚ ਜਿਹੜੇ ਸਕੂਲ ਬੰਦ ਰਹਿਣਗੇ ਉਸ ਤੋਂ ਬਾਅਦ ਦੋਮੋ ਦੌਸਲਾ ਦੇ ਵਿੱਚ ਇੱਕ ਟ੍ਰੇਨ ਡਰਾਈਵਰ ਨੇ ਚੱਲਦੀ ਹੋਈ ਟ੍ਰੇਨ ਦੇ ਉੱਤੋਂ ਛਾਲ ਮਾਰੀ ਟ੍ਰੇਨ ਆਪਣੀ ਜਗ੍ਹਾ ਤੇ ਸਟੇਸ਼ਨ ਤੇ ਪਹੁੰਚੀ ਬਿਨਾ ਟ੍ਰੇਨ ਡਰਾਈਵਰ ਤੋਂ ਜਿਸ ਨੂੰ ਮਕੀਨੀਸਤਾ ਕਿਹਾ ਜਾਂਦਾ ਉਸ ਤੋਂ ਬਾਅਦ ਸਿਕਿਉਰਿਟੀ ਸਿਸਟਮ ਦੇ ਨਾਲ ਟ੍ਰੇਨ ਜਿਹੜੀ ਆ ਬੰਦ ਹੋ ਗਈ ਉਸ ਨੂੰ ਲੱਗਾ ਕਿ ਵਿੱਚ ਕੋਈ ਗੜਬੜ ਹੋਈ ਆ ਕੁਝ ਬ੍ਰੇਕਿੰਗ ਸਿਸਟਮ ਦੇ ਵਿੱਚ ਕੋਈ ਗੜਬੜ ਹੋਈ ਸੀ ਪਰ ਉਸ ਤੋਂ ਬਾਅਦ 60 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਦੇ ਨਾਲ ਟ੍ਰੇਨ ਜਾ ਰਹੀ ਸੀ ਬੰਦੇ ਨੇ ਛਾਲ ਮਾਰ ਜਾਨ ਬਚਾਈ ਦੱਸਿਆ ਜਾ ਰਿਹਾ ਹੈ ਕਿ ਟ੍ਰੇਨ ਡਰਾਈਵਰ ਇਸ ਟਾਈਮ ਬਿਲਕੁਲ ਠੀਕ ਠਾਕ ਹੈ ਉਸ ਦੇ ਕਿਸੇ ਵੀ ਤਰ੍ਹਾਂ ਦੀ ਸੱਟ ਚੋਟ ਨਹੀਂ ਲੱਗੀ ਇਹ ਸੰਨ ਹੁਣ ਤੱਕ ਦੀਆਂ ਕੁਝ ਖਾਸ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਰਹੀ ਇਟਾਲੀਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਕੀ